ਚੰਡੀਗੜ੍ਹ ਹਿਸਾਰ ਰੋਡ 'ਤੇ ਘੱਗੇ ਵਿਖੇ ਤੁਸੀਂ ਦੇਖ ਰਹੇ ਹੋ ਲੋਕਾਂ ਨੇ ਆਵਾਜਾਈ ਠੱਪ ਕੀਤੀ ਹੈ, ਸੜਕ ਬੰਦ ਕੀਤੀ ਹੈ। ਇਸ ਸੜਕ ਦੇ ਉੱਤੇ ਚੰਡੀਗੜ੍ਹ ਤੋਂ ਹਿਸਾਰ ਜਾਣ ਵਾਲੇ ਲੋਕਾਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਹੈ। ਲੇਕਿਨ ਮੁੱਦਾ ਕੀ ਹੈ, ਇਨ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਵੀ ਜਿਹੜੇ ਇਸੇ ਬੰਦ ਗਏ ਰਸਤਾ ਬੰਦ ਕੀਤਾ ਹੈ, ਇਹ ਸੜਕ ਜਾ ਰਹੀ ਹੈ ਬਾਹਮਣ ਮਾਜਰੇ ਪਿੰਡ ਨੂੰ, ਅੱਗੇ ਜਾ ਕੇ ਇਹ ਰੋਡ ਸੰਗਰੂਰ ਨੂੰ ਜੋੜਦਾ ਹੈ ਔਰ ਕਾਫੀ ਪਿੰਡਾਂ ਨੂੰ ਇਹ ਰਸਤਾ ਜਿਹੜਾ ਹੈ ਕਾਫੀ ਮਤਲਬ ਲੋਕ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ ਲੋਕਾਂ ਨਾਲ ਗੱਲਬਾਤ ਵੀ ਕਰਦੇ, ਇਹ ਜਿਹੜਾ ਧਰਨੇ ਲਾਉਣ ਦੀ ਨੌਬਤ ਕਿਉਂ ਆਈ ਹੈ ਤੁਹਾਨੂੰ? ਇਹ ਦੇਖੋ ਜੀ, ਇਹ ਜੋ ਪਿੰਡ ਹੈਗੇ ਇਕੱਲਾ ਇੱਕ ਪਿੰਡ ਦਾ ਮਸਲਾ ਨਹੀਂ ਹੈਗਾ, ਇਹ ਬ੍ਰਾਹਮਣ ਮਾਜਰਾ ਖੇੜੀ ਅਤੇ ਇਸ ਤੋਂ ਅੱਗੇ ਮਤਲਬ ਕਿ ਸੰਗਰੂਰ ਜ਼ਿਲ੍ਹੇ ਦਾ ਹੈਗਾ, ਇਹ ਸਿਆਲ ਪਿੰਡ ਹੈਗਾ, ਇਹ ਕਈ ਪਿੰਡਾਂ ਦਾ ਮਸਲਾ ਹੈਗਾ, ਬਜ਼ੁਰਗ ਪਿੰਡ ਦਾ ਮਸਲਾ ਹੈਗਾ ਕਿ ਇਹ ਰੋਡ ਜਿਹੜਾ ਮਤਲਬ ਕਿ ਬਣਨਾ ਚਾਹੀਦਾ ਇਕੱਲਾ ਹੁਣ ਨਹੀਂ ਹੈ ਵੀ ਹੁਣ ਖਰਾਬ ਹੋਇਆ ਹੈਗਾ, ਇਹ ਕਿੰਨਾ ਟਾਈਮ ਹੋ ਗਿਆ? ਪਿਛਲੇ 12-13 ਸਾਲ ਤੋਂ ਜਿਹੜਾ ਹੈਗਾ ਇਹ ਮਤਲਬ ਕਿ ਰੋਡ ਖਰਾਬ ਹੈਗਾ ਬਹੁਤ, ਅਤੇ ਇਹਦੇ ਵਿੱਚ ਇੰਨੇ ਗੱਡੇ ਪਏ ਹੈ ਕਿ ਮਤਲਬ ਕਿ ਅਸੀਂ ਕਹਿੰਦੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆ ਕੇ ਮਤਲਬ ਕਿ ਗੱਡੀ ਚਲਾ ਕੇ ਦੇਖੇ, ਇੱਥੇ ਮਤਲਬ ਪਤਾ ਲੱਗ ਜਾਣਾ ਕਿੰਨਾ ਕਰੋੜ ਖਰਾਬ ਹੈ। ਕਦੀ ਪ੍ਰਸ਼ਾਸਨ ਦੇ ਅਧਿਕਾਰੀ ਇਹਨੂੰ ਮਿਲੇ ਆ, ਕੋਈ ਕਹਿਆ ਕਿਸੇ ਨੂੰ ਵਿਧਾਇਕ? ਸਮੇਂ ਸਮੇਂ ਸਿਰ ਮਿਲਿਆ ਜੀ, ਮਤਲਬ ਕਿ ਵਾਅਦੇ ਕਰਦੇ ਆ ਮਤਲਬ ਕਿ ਵੀ ਕਰਵਾ ਦਾਂਗੇ, ਪਰ ਹੁਣ ਬਾਅਦ 'ਚ ਆ ਕਹਿੰਦੇ ਕਿ ਸਾਡੇ ਕੋਲ ਫੰਡ ਨਹੀਂ ਹੈਗਾ ਜਾਂ ਹੋਰ ਮਤਲਬ ਕਿ ਬਹਾਨੇ ਲਾ ਕੇ ਗੱਲਾਂ ਟਾਲ ਟੁਮਲ ਕਰਦੇ ਹੈਗੇ। ਹੁਣ ਇਸ 'ਤੇ ਵਾਲੇ ਕੋਈ ਅਲਟੀਮੇਟਮ ਦੇ ਸੀ ਤੁਸੀਂ ਵੀ ਅਸੀਂ ਜਾਮ ਲਾਵਾਂਗੇ ਇੱਥੇ? ਹਾਂਜੀ ਦਿੱਤਾ ਹੋਇਆ ਜੀ ਅਲਟੀਮੇਟਮ ਦਿੱਤਾ। ਹਾਂ ਵੀਰ ਸਿੰਘ, ਤੁਹਾਡਾ ਕੀ ਨਾਮ? ਮੇਰਾ ਨਾਮ ਸੁਖਵਿੰਦਰ ਆ ਜੀ, ਪਿੰਡ ਬਾਹਮਣ ਮਾਜਰਾ ਤੋਂ। ਅਤੇ ਜਿਹੜਾ ਇਹ ਰਸਤਾ ਤਕਰੀਬਨ ਪਿਛਲੇ 12 ਸਾਲਾਂ ਤੋਂ ਇਹ ਸੜਕ ਦੀ ਕੋਈ ਦੇਖ ਰੇਖ ਨਹੀਂ ਹੈਗੀ ਜੀ, ਅਤੇ ਸੜਕ ਦੇ ਉੱਪਰ ਤਕਰੀਬਨ 4 ਸੈਲਰ ਨੇ, ਇੱਕ ਸੇਲਾ ਜੀ ਜਿਹਨੇ ਜੋ ਕਿ ਟੈਕਸ ਭਰ ਕੇ ਲੱਗੇ ਹੋਏ ਨੇ, ਉਸ ਤੋਂ ਬਿਨਾਂ 2 ਸਕੂਲ ਨੇ, ਇੱਕ ਫੈਕਟਰੀ ਹੈ ਜੀ ਪੀਤ ਵਾਲੀ, ਉਸ ਤੋਂ ਬਿਨਾਂ ਇਹ ਜਿਹੜਾ ਮੇਨ ਮਤਲਬ ਜਿਹੜਾ ਇਹ ਮੇਨ ਜਿਹੜਾ ਇਹ ਮੇਨ ਰਸਤਾ ਜੀ, ਇਹ ਤਕਰੀਬਨ 5-6 ਪਿੰਡਾਂ ਨੂੰ ਜੋੜਦਾ, ਅਤੇ 5-6 ਪਿੰਡਾਂ ਦੇ ਵਿੱਚੋਂ 5-6 ਪਿੰਡਾਂ ਦੇ ਵਿੱਚੋਂ ਤਕਰੀਬਨ 10-12 ਸਕੂਲ ਦੇ ਛੋਟੇ ਬੱਚਿਆਂ ਦੀਆਂ ਬੈਨਾਂ ਜਾਂਦੀਆਂ ਨੇ ਜੀ। ਹੁਣ ਸੀਜ਼ਨ ਚੱਲੂਗਾ ਜੀ, ਸੇਲਿਆਂ ਦਾ ਵੀ ਚੱਲੂਗਾ, ਜੇ ਕੱਲ੍ਹ ਨੂੰ ਕਿਸੇ ਬੈਨ ਦੇ ਉੱਪਰ ਕੋਈ ਟਰੱਕ ਗਿਰ ਗਿਆ, ਉਹਦਾ ਕੌਣ ਜ਼ਿੰਮੇਵਾਰ ਆ? ਫਿਰ ਉੱਥੇ ਇਹ ਕਦੇ ਕਿਸੇ ਨੂੰ 50 ਲੱਖ, ਕਦੇ ਕਿਸੇ ਨੂੰ 1 ਕਰੋੜ ਰੁਪਇਆ ਦੇਣ ਆ ਜਾਣਗੇ, ਇਹ ਕੰਮ ਕਰ ਨਹੀਂ ਸਕਦੇ। ਪਿਛਲੇ 12 ਸਾਲਾਂ ਤੋਂ ਅਸੀਂ ਇਹ ਇੰਨਾ ਕੱਟ ਰਹੇ ਹਾਂ। ਨਹੀਂ, ਤੁਹਾਡੇ ਪਿਛਲੇ ਵਿਧਾਇਕ ਵੀ ਦੇ, ਹੁਣ ਮੌਜੂਦਾ ਵਿਧਾਇਕ? ਮੌਜੂਦਾ ਸਾਡਾ ਟੋਟਲੀ ਪਿੰਡ ਕਾਂਗਰਸ ਦਾ ਸੀ ਜੀ, ਅਸੀਂ ਇਹ ਅੱਖ ਚੱਬ ਕੇ ਆਮ ਆਦਮੀ ਨੂੰ ਵੋਟਾਂ ਪਾਈਆਂ 90%, ਜੇ ਹੁਣ ਉਹ ਵੀ ਨਹੀਂ ਸਾਡੀ ਸੁਣਨਗੇ ਫਿਰ ਕਿਹਦੇ ਕੋਲ ਜਾਵਾਂਗੇ ਜੀ ਅਸੀਂ? ਰਸੋ ਪਹਿਲਾਂ ਮੈਨੂੰ ਮਿਲਿਓ ਵਿਧਾਇਕ ਨੂੰ ਤੁਸੀਂ। ਵਿਧਾਇਕ ਆਏ ਜੀ, ਵਿਧਾਇਕ ਇੱਕ ਵਾਰ ਆਏ ਤੇ ਉਹਨਾਂ ਨੂੰ ਇਹ ਵੀ ਗੱਲ ਕਹੀ ਦੀ ਵੀ ਸੜਕ ਦਾ ਹੱਲ ਕਰੋ ਜੀ, ਉਹ ਕਹਿੰਦੇ ਹੋ ਜੂਗਾ, ਅੱਜ ਉਹ ਗੱਲ ਹੋਈ ਨੂੰ MP ਦੇ ਇਲੈਕਸ਼ਨ ਵੇਲੇ, ਇਹਦਾ ਇਲੈਕਸ਼ਨ ਵੇਲੇ ਆ ਜਾਂਦੇ ਨੇ ਜੀ, ਇਲੈਕਸ਼ਨ ਵੇਲੇ ਆ ਜਾਂਦੇ, ਬਾਕੀ ਟਾਈਮ ਲੋਕਾਂ ਦੀ ਕੋਈ ਤਕਲੀਫ ਨਹੀਂ ਸੁਣੀ ਜਾਂਦੀ, ਸੁਣੀ ਨਹੀਂ ਜਾਂਦੀ, ਗੱਲਬਾਤ ਵੀ ਕਰਦੇ ਆ ਇਹਨਾਂ ਨਾਲ ਵੀ। ਪਿੰਡ ਦੇ ਵਿੱਚ ਇਹ ਮੁਸ਼ਕਿਲ ਆ ਰਹੀ ਹੈ ਕਿ ਰੋਡ ਦਾ ਬਹੁਤ ਜ਼ਿਆਦਾ ਬੁਰਾ ਹੈ, ਠੀਕ ਹੈ, ਜਿਹੜੇ ਮਤਲਬ ਸਾਡੇ ਵਰਗੇ ਸਟੂਡੈਂਟ ਨੇ, ਨਾ ਤਾਂ ਕੋਈ ਮਤਲਬ ਬੱਸ ਵਗੈਰਾ ਹੈਗੀ ਆ ਪਿੰਡ ਦੇ ਵਿੱਚ ਆਉਣ ਨੂੰ, ਠੀਕ ਹੈ, ਕਿਸੇ ਨਾਲ ਚੜ ਕੇ ਆਉਣੇ ਅਸੀਂ, ਠੀਕ ਹੈ, ਹੁਣ ਜਦੋਂ ਕੋਈ ਮਤਲਬ ਇੰਨਾ ਜ਼ਿਆਦਾ ਬੁਰਾ ਹੀਲਾ ਕੋਈ ਚੜਾਉਂਦਾ ਵੀ ਨਹੀਂ ਹੈਗਾ, ਅਤੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ, ਅਤੇ ਅਸੀਂ ਪਰੇਸ਼ਾਨੀ ਦੇ ਵਿੱਚ ਅਸੀਂ ਤਾਂ ਹੀ ਖੜ੍ਹੇ ਇੱਥੇ ਆ ਕੇ ਵੀ ਸਾਡੀ ਇਹੀ ਹੈ ਵੀ ਹਾਂ ਵੀ ਸੜਕ ਬਣਾਈ ਜਾ। ਬੇਟਾ ਕਿੰਨੇ ਸਾਲ ਤੋਂ ਇਹ ਆਵਾਜਾਈ ਸੜਕ ਮਾੜੀ ਹੈ? ਇਹ ਹੋ ਗਏ ਮੇਰੇ ਸਾਹਮਣੇ 2-3 ਸਾਲ ਹੋ ਗਏ। ਜਾ ਕੇ ਦੇਖੋ ਜੀ ਕਿੰਨਾ ਬੁਰਾ ਹਾਲ ਆ, ਰਾਤਾਂ ਨੂੰ ਬੱਚੇ ਸਾਡੇ ਜਾਂਦੇ ਨੇ ਹਨੇਰੇ, ਖਾਤੇ ਐਡੇ ਐਡੇ ਨੇ, ਮਿੱਟੀ ਸਿੱਟ ਸਿੱਟ ਬੁਰਾ ਹਾਲ ਕਰਤਾ, ਜਦ ਜਾਂਦੇ ਨੇ ਸਾਡੇ ਬੱਚੇ, ਸਾਨੂੰ ਬਹੁਤ ਦਿੱਕਤ ਪੈਂਦੀ ਹੈਗੀ ਵੀ ਕਿਵੇਂ ਜਾਈਏ ਕਿਵੇਂ ਆਉਣਗੇ, ਹੁਣ ਜਾਂਦੇ ਨੇ ਜਦ ਬੱਚੇ ਕੰਮਾਂ 'ਤੇ, ਫੋਨ ਕਰ ਕਰ ਕਹਿੰਦੇ ਭਾਈ ਸਾਜਰੇ ਆ ਜਾਓ ਸਾਜਰੇ ਆ ਜਾਓ, ਵੀ ਹੁਣ ਸਰਕਾਰ ਨੂੰ ਮਾੜਾ ਮੋਟਾ ਸੋਚਣਾ ਚਾਹੀਦਾ ਨਾ। ਜੋ ਕਿ ਇਹ ਸੜਕਾਂ ਟੁੱਟੀਆਂ ਹੋਈਆਂ, ਇਕੱਲੇ ਬਾਹਮਣ ਮਾਜਰੇ ਦੀ ਗੱਲ ਨਹੀਂ, ਚਾਹੇ ਤਾਲਾਂ ਨੂੰ ਜਾਂਦੀ ਹੈ, ਚਾਹੇ ਭੂਤਗੜ੍ਹ ਨੂੰ ਜਾਂਦੀ ਹੈ, ਚਾਹੇ ਹਰੇਓ ਨੂੰ ਜਾਂਦੀ, ਚਾਹੇ ਬਾਹਮਣ ਮਾਜਰਾ ਖੇੜੀ ਵਿਰਾਸ ਨੂੰ ਜਾਂਦੀ ਹੈ, ਇਹ ਤਕਰੀਬਨ 10-12 ਸਾਲ ਹੋ ਗਏ ਸੜਕਾਂ ਬਣੀਆਂ ਨੂੰ। ਸੜਕਾਂ ਦੀ ਕੋਈ ਦੋਵਰ ਵੋਟਾਂ ਪਾਤੀਆਂ ਤੁਸੀਂ, ਪਹਿਲੇ MLA ਕੀ ਪਾਈਆਂ, ਫਿਰ MP ਕੀ ਪਾਈਆਂ, ਫਿਰ ਤੁਸੀਂ ਕੀ ਕਰਦੇ ਹੋ? ਅਸੀਂ ਕੀ ਕਰਦੇ ਹਾਂ, ਅਸੀਂ ਵੋਟਾਂ ਪਾਉਂਦੇ ਹਾਂ, ਪਰ ਅਸੀਂ ਦੇਖਦੇ ਹਾਂ ਬੁਲਾਓ ਵੀ ਫਲਾਣਾ MLA ਬਣੂ ਸਾਡਾ ਕੰਮ ਕਰੂ, ਜਿਹੜਾ ਪਿਛਲਾ ਉਹ ਗੋਡੇ ਗੋਡੇ ਪਾਣੀ 'ਚ, ਜਿਹੜਾ ਨਵਾਂ ਬਣਾਉਂਦੇ ਆ ਉਹ ਗਲ ਗਲ ਪਾਣੀ 'ਚ ਡੁੱਬ ਜਾਂਦਾ, ਹੁਣ ਵੀ ਡੁੱਬਿਆ ਹੋਇਆ। ਜਿਹੜੀਆਂ ਸੜਕਾਂ ਬਣਾਉਣੀਆਂ ਤੇ ਬਾਪ ਨੇ ਨਹੀਂ ਬਣਾਉਣੀਆਂ, ਸਰਕਾਰ ਨੇ ਨਹੀਂ ਬਣਾਉਣੀਆਂ, ਸਾਡਾ ਪੈਸਾ ਲੈ ਕੇ ਹੜੱਪ ਕਰ ਰਹੇ ਨੇ।
ਜੰਮਦੇ ਮੋਟਰਸਾਈਕਲ ਤੇ ਨਵੇਂ ਮੋਟਰਸਾਈਕਲ ਕਾਰ ਸਕੂਟਰ ਕਿਸੇ ਵੀ ਮਸ਼ੀਨਰੀ ਦੇ ਉੱਤੇ ਟੈਕਸ ਲੱਗਦਾ ਹੈ। ਟੈਕਸ ਸਾਡਾ ਸੜਕਾਂ ਵਾਸਤੇ ਹੈ, ਸੜਕਾਂ ਦਾ ਟੈਕਸ ਆਪਦੇ ਢਿੱਡਾਂ ਦੇ ਵਿੱਚ ਪਾਉਂਦੇ ਨੇ। ਜੇ ਸਾਡਾ ਟੈਕਸ ਸਾਡੇ 'ਤੇ ਲਾਈ ਜਾਣ, ਸੜਕਾਂ ਲੋਕਾਂ ਦਾ ਟੈਕਸ ਹੀ ਆਪਣੇ ਘਰਾਂ ਪੇਟ 'ਚ ਪਾਉਂਦੇ ਆ, ਇਹ ਇਹਨਾਂ ਦਾ ਕਹਿਣਾ ਹੈ। ਲੇਕਿਨ ਆਮ ਲੋਕ ਪਰੇਸ਼ਾਨ ਹੈ। ਇਹ ਜਿਹੜਾ ਚੰਡੀਗੜ੍ਹ ਹਿਸਾਰ ਰੋਡ ਹੈ, ਇਸ ਰੋਡ 'ਤੇ ਇੰਨੀ ਆਵਾਜਾਈ ਹੈ ਕਿ ਕਿਸੇ ਨੇ ਰਾਜਸਥਾਨ 'ਤੇ ਜਾਣਾ ਹੋਵੇ ਤਾਂ ਉਸਨੂੰ ਕਿੰਨਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਣਾ। ਦਿੱਲੀ ਤੱਕ ਵੀ ਜਾ ਸਕਦਾ, ਇੱਧਰ ਚੰਡੀਗੜ੍ਹ ਜਾਣਾ, ਬੰਦੇ ਨੇ ਰਾਜਪੁਰ ਜਾਣਾ, ਲੁਧਿਆਣੇ ਜਾਣਾ, ਆਮ ਆਦਮੀ ਪਰੇਸ਼ਾਨ ਹੈ। ਲੇਕਿਨ ਸਰਕਾਰਾਂ ਅਤੇ ਪ੍ਰਸ਼ਾਸਨ ਕਦੇ ਇਸ ਇਲਾਕੇ ਦੀ ਸੜਕਾਂ ਪਾਸੇ ਧਿਆਨ ਦੇਣਗੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਇਸ ਸਮੇਂ ਆਵਾਜਾਈ ਠੱਪ ਹੈ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਘੱਗਾ। ਚੰਡੀਗੜ੍ਹ ਹਿਸਾਰ ਰੋਡ 'ਤੇ ਘੱਗਾ ਦੇ ਵਿੱਚ ਪਿੱਛੇ ਲੋਕਾਂ ਨੇ ਆਵਾਜਾਈ ਠੱਪ ਕੀਤੀ ਹੈ। ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ, SDM ਪਾਤੜਾ, ਉਹਨਾਂ ਨਾਲ ਗੱਲਬਾਤ ਕਰਦੇ ਵੀ ਲੰਬੇ ਅਰਸੇ ਤੋਂ 12 ਸਾਲ ਤੋਂ ਇਸ ਇਲਾਕੇ ਦੇ ਲੋਕ ਪਰੇਸ਼ਾਨ ਹੈ। ਇਸ ਸੜਕ ਦੀ ਹਾਲਤ ਬਹੁਤ ਮਾੜੀ ਹੈ, ਤਾਂ 17 ਹਲਕੇ ਕਾਫੀ ਪਿੰਡਾਂ ਦੀ ਸੜਕਾਂ ਦੇ ਹਾਲਾਤ ਮਾੜੇ। ਸਰ, ਇਹ ਆਵਾਜਾਈ ਠੱਪ ਹੋਈ ਹੈ, 1 ਘੰਟੇ ਤੋਂ ਵੱਧ ਵਕਤ ਹੋ ਗਿਆ, ਇਹ ਸੜਕਾਂ ਦਾ ਜਿਹੜਾ ਮਸਲਾ ਹੈ ਬਹੁਤ ਗੰਭੀਰ ਹੈ ਇਸ ਇਲਾਕੇ ਦੇ ਵਿੱਚ, ਤਾਂ ਇਸ ਤਰ੍ਹਾਂ ਕਿਸ ਤਰ੍ਹਾਂ ਹੱਲ ਕਰੋਗੇ? ਇਹ ਜਿਹੜੀ ਸੜਕ ਜਾ ਰਹੀ ਹੈ, ਬੇਸਿਕਲੀ ਇੱਥੇ ਇਹ ਰਿਪੇਅਰ ਵਰਕਸ ਪਈ ਹੋਈ ਆ। ਇਹ ਪੁਰਾਣੀ, ਇੱਕ ਤਾਂ ਪਹਿਲਾਂ ਫਲੱਡ ਵੇਲੇ ਜਦੋਂ ਟੁੱਟੀ ਸੀ ਦੁਬਾਰਾ ਬਣ ਗਈ ਸੀਗੀ, ਅਤੇ ਉਹ ਤੋਂ ਬਾਅਦ ਦੁਬਾਰਾ ਇਹ ਨੈਸ਼ਨਲ ਹਾਈਵੇ ਦਾ ਵਰਕ, ਜਿਵੇਂ ਤੁਹਾਨੂੰ ਪਤਾ ਕਿ ਪੂਰੇ ਪਾਤੜਾਂ ਹਲਕੇ ਦੇ ਵਿੱਚ, ਛਤਰਾਣਾ ਹਲਕੇ ਦੇ ਵਿੱਚ ਸਾਰੇ ਜਗ੍ਹਾ ਨੈਸ਼ਨਲ ਹਾਈਵੇ ਦਾ ਵਰਕ ਚੱਲ ਰਿਹਾ, ਤਾਂ ਉਹਦੇ ਕਰਕੇ ਟਿੱਪਰਾਂ ਦੀ, ਹੈਵੀ ਮਸ਼ੀਨਰੀ ਦੀ ਆਵਾਜਾਈ ਬਹੁਤ ਜ਼ਿਆਦਾ ਹੈ ਇੱਧਰ ਉੱਧਰ ਖੇਤਾਂ ਦੇ ਵਿੱਚ। ਸੋ ਜਿਸ ਕਰਕੇ ਸੜਕ ਦਾ ਨੁਕਸਾਨ ਹੋਇਆ, ਸੋ ਅਸੀਂ ਨੋਟਿਸ 'ਚ ਲੈ ਲਿਆ, ਇਹਨੂੰ ਰਿਪੇਅਰ ਵਰਕ ਦੇ ਵਿੱਚ ਵੈਸੇ ਤਾਂ ਪਾਇਆ ਹੋਇਆ, ਬਟ ਫਿਰ ਵੀ ਜਦੋਂ ਤੱਕ ਸਰਕਾਰ ਵੱਲੋਂ ਪੈਸੇ ਨਹੀਂ ਆਉਂਦੇ ਇਸ ਚੀਜ਼ ਦੇ ਅਪਰੂਵ ਹੋਈ ਹੋਈ ਹੈ, ਬਟ ਜਦੋਂ ਤੱਕ ਪੈਸੇ ਫੰਡ ਨਹੀਂ ਆਉਂਦੇ ਉਦੋਂ ਤੱਕ ਅਸੀਂ ਨੈਸ਼ਨਲ ਹਾਈਵੇ ਦੀ ਡਿਊਟੀ ਲਾਵਾਂਗੇ ਕਿ ਤੁਹਾਡੇ ਟਿੱਪਰ ਜਾਂ ਹੈਵੀ ਮਸ਼ੀਨਰੀ ਕਰਕੇ ਸੜਕ ਖਰਾਬ ਹੋਈ ਆ, ਐਂਡ ਦੁਬਾਰਾ ਇਹਨੂੰ ਆਰਜ਼ੀ ਤੌਰ 'ਤੇ ਚਾਲੂ ਕੀਤਾ ਜਾਵੇ। ਗੱਡੇ ਬਹੁਤ ਹੈ, ਸਕੂਲ ਦੇ ਬੱਚੇ ਹੀ ਬਸਾਂ ਆਉਂਦੇ ਹੈ, ਕੱਲ੍ਹ ਨੂੰ ਕੋਈ ਬੜਾ ਹਾਦਸਾ ਹੋ ਜਾਏਗਾ ਤਾਂ ਉਸ ਦੇ ਨਾਲ ਆਪਾਂ ਪ੍ਰਸ਼ਾਸਨ ਜਾਂ ਮਤਲਬ ਸਰਕਾਰ ਬਾਅਦ ਮੈਂ ਕੋਈ ਇੰਪਲੀਮੈਂਟ ਕਰਦੀ ਹੈ, ਮੁਆਵਜ਼ਾ ਦਿੰਦੀ ਹੈ, ਤਾਂ ਉਸ ਤੋਂ ਪਹਿਲੇ ਬੈਟਰ ਹੈ ਕਿ ਕੁਛ ਹੋਵੇ ਇਹਨਾਂ ਵਾਸਤੇ। ਨਹੀਂ, ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿ ਜਿਹੜੀ ਰਿਪੇਅਰ ਵਰਕ ਆ ਉਹ ਹੋਣਾ ਚਾਹੀਦਾ ਨਾਲ ਦੀ ਨਾਲ, ਅਤੇ ਐਂਡ ਅਸੀਂ ਤਾਂ ਪੈਚ ਵਰਕ ਛੇਤੀ ਹੁਣੇ ਨਾਲ ਦੀ ਨਾਲ ਸ਼ੁਰੂ ਕਰਵਾ ਦਾਂਗੇ, ਅਸੀਂ ਇਹਨੂੰ ਇਹੀ ਆਸ਼ਵਾਸਨ ਦੇ ਕੇ ਉਠਾਵਾਂਗੇ। ਇਹ ਸਨ SDM ਪਾਤੜਾ, ਜਿਹੜੇ ਵਿਸ਼ਵਾਸ ਦਵਾ ਰਹੇ ਕਿ ਕੁਛ ਹੀ ਦਿਨਾਂ ਦੇ ਵਿੱਚ ਇਸ ਸੜਕ ਨੂੰ ਅਸੀਂ ਕੁਛ ਇਸਕੀ ਮੁਰੰਮਤ ਕਰਵਾ ਦਾਂਗੇ। ਲੇਕਿਨ ਬਰਸਾਤ ਦਾ ਮੌਸਮ ਹੈ, ਲੇਕਿਨ ਆਉਣ ਵਾਲਾ ਸਮੇਂ ਦੱਸੇਗਾ ਵੀ ਕਦੋਂ ਮੁਰੰਮਤ ਹੁੰਦੀ ਹੈ, ਕਦੇ ਲੋਕਾਂ ਨੂੰ ਰਾਹਤ ਮਿਲਦੀ ਹੈ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਘੱਗਾ।